ਦੀ ਟੀਮ ਜਿੱਤੂ ਉਹ ਤਾੜੀ ਖੁੱਲ ਕੇ ਮਾਰਨਗੇ। ਲਓ ਦੇਖੋ ਐਨ ਬੜਾ ਫਸਵਾ ਮੈਚ ਹੈ ਇਹ ਆ ਮੰਨਾ ਖਾਰੇ ਦਾ ਤੇ ਨਾਲ ਕਹਿੰਦੇ ਲੱਖਾਂ ਪਰ ਡਬਲ ਟੱਚ ਦਾ ਇਸ਼ਾਰਾ ਹੈ ਕਿ ਪੁਆਇੰਟ ਜਿਹੜਾ ਧਾਵੀ ਦਾ ਪੁਆਇੰਟ ਜਿਹੜਾ ਇਸ ਸਮੇਂ ਰੇਡਰ ਦੇ ਖਾਤੇ ਜੁੜਦਾ ਆਇਆ ਹੈ। ਲਓ ਕਹਿੰਦੇ ਕੀਪਾ ਭਲੂਰ ਪਿੰਡ ਵਾਲਾ ਕਬੱਡੀ ਪਾ ਰਿਹਾ ਕਿ ਡਾਲੇ ਉੱਤੇ ਤੇਰਾ ਸਦੋ ਵਾਲੀ ਕੀਪੇ ਦੇ ਦੇਖਣ ਵਾਲੇ ਜੱਫੇ ਆ ਬਲਜੀਤ ਤੇ ਜੀਤੇ ਦੇ ਗੁੱਟ ਫੜ ਕੇ ਕੈਂਚੀ ਮਾਰੇ ਉਹ ਪ੍ਰੇਮ ਝਨੇਰਾਂ ਦਾ ਖੇਡੀ ਵੱਡੀ ਖੇਡਣਾ ਕਹਿੰਦੇ ਸ਼ੌਕ ਪੰਜਾਬੀ ਸ਼ੇਰਾਂ ਦਾ। ਇੱਕ ਪਾਸੇ ਫਿਰ ਖਾਰੇ ਦਾ ਨਜ਼ਰ ਬਹੁਤ ਤਗੜੇ ਨੰਬਰ ਦਾ ਵਾਧਾ ਕਰਦਾ ਹੋਇਆ ਪਵੈਂਟ ਮੇਰੀ ਵੀਰੋ ਇਸ ਵੇਲੇ ਸਟਾਂਪਰਾਂ ਦੇ ਉੱਤੇ ਜੁੜਦਾ ਹੋਇਆ ਪਾਵੀ ਨੌਜਵਾਨ ਰੇਡ। ਅਗਲੀ ਕਬੱਡੀ ਮੈਦਾਨ ਦੇ ਵਿੱਚ ਗੁਰਮੀਤ ਸਿੰਘ ਚੇਤ ਸਿੰਘ ਵਾਲੇ ਪਿੰਡ ਦਾ ਕਬੱਡੀ ਪਾਉਣ ਦੀ ਤਿਆਰੀ ਕਰਦਾ ਹੋਇਆ ਗੁਰਮੀਤ ਚੇਤ ਸਿੰਘ ਵਾਲੇ ਦਾ ਕਹਿੰਦੇ ਲੱਖੇ ਨੇ ਵਿਉਂਤਬੰਦੀ ਬਣਾਈ ਹੈ ਜਾਂ ਗੁਰਮੀਤ ਬੋਲੇ ਨੇ ਤੇ ਜਾਂ ਸਰਾਵਾਂ ਵਾਲੇ ਸੇਵਕ ਨੇ ਜਾਂ ਡੱਗੋ ਰਮਾਣੇ ਦੇ ਕਹਿੰਦੇ ਸੇਵਕ ਨੇ। ਹੁਣ ਦੇਖੋ ਚੇਤ ਸਿੰਘ ਵਾਲੇ ਦੀ ਨਿਗਾਹ ਕਹਿੰਦੇ ਕਿਤੇ ਖੱਬੇ ਕਿਤੇ ਸੱਜੇ ਕਿਤੇ ਸੱਜੇ ਕਿਤੇ ਖੱਬੇ ਜਾਂਦੀ ਹੈ। ਲਓ ਦੇਖੀਏ ਨਜ਼ਾਰਾ ਖੇਡ ਗਰਾਊਂਡ ਦੇ ਵਿੱਚ ਹੈ। ਲਓ ਗੁਰਮੀਤ ਚੇਤ ਸਿੰਘ ਵਾਲੇ ਦਾ ਤੇ ਲੱਖਾਂ ਲੱਖਾਂ ਤੇ ਗੁਰਮੀਤ ਗੁਰਮੀਤ ਤੇ ਲੱਖਾਂ ਬੱਲੇ 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 ਆਓ ਦੇਖੋ ਨਹੀਂ ਰੀਸਾਂ ਪਰ ਪੁਆਇੰਟ ਕਹਿੰਦੇ ਖਾਰੇ ਦੇ ਖਾਤੇ ਹੈ ਪੁਆਇੰਟ ਜਿਹੜਾ ਇਸ ਸਮੇਂ ਖਾਰੇ ਦੀ ਟੀਮ ਦੇ ਖਾਤੇ ਜੁੜਦਾ ਹੈ। ਲੱਖੇ ਅਗਲੀਆਂ ਟੀਮਾਂ ਨੂੰ ਵੀ ਵੀਰੇ ਲੰਡੇ ਤੇ ਵਕੀਲਾਂ ਵਾਲੇ ਦਾ ਜਿਹੜਾ ਅਗਲਾ ਦੂਜਾ ਸੈਮੀ ਫਾਈਨਲ ਮੈਚ ਹੈ ਲੈ ਵੀ ਦਰਸ਼ਕੋ ਜੇ ਮੈਚ ਦੇਖਣ ਦਾ ਸਵਾਦ ਆਇਆ ਤਾਂ ਇੱਕ ਗਏ ਗਦਮੀ ਤਾੜੀ ਮਾਰ ਕੇ ਮਾਰ ਦੇ ਤਾੜੀ ਮੇਰੇ ਵੀਰ ਜੇਕਰ ਬਾਈ ਟੂਰਨਾਮੈਂਟ ਵਧੀਆ ਲੱਗਾ ਖੁੱਲ ਕੇ ਤਾੜੀ ਮਾਰ ਦਿਓ ਸਾਰੀ ਸੰਗਤ ਦਾ ਧੰਨਵਾਦ। ਅਮਨ ਸਰਾਵਾਂ ਦਾ ਕਬੱਡੀ ਪਾਉਂਦਾ ਹੋਇਆ ਲੈ ਵੀ ਕਲੇਰਾਂ ਵਾਲਿਆ ਦੇਖ ਲਾ ਰਣਜੀਤ ਇਸ ਵੇਲੇ ਅਮਨ ਦੀ ਪਈ ਹੋਈ ਕਬੱਡੀ ਚਾਰ ਜਾਫੀਆਂ ਤੇ ਇਸ ਵੇਲੇ ਹਮਲਾ ਕਰਦਾ ਹੋਇਆ ਉੜਦੀ ਹੋਈ ਮਾਂ ਮਿੱਟੀ ਦੀ ਤੋੜ ਤੇ ਗੱਗੀ ਚੰਡ ਵਾਲ ਦਾ ਟਰਾਈ ਕਰਦਾ ਹੋਇਆ ਪਰ ਸਫਲਤਾ ਜਿਹੜੀ ਅਮਨ ਦੇ ਕਦਮ ਚੁੰਮਦੀ ਹੋਈ ਪਵੈਟ ਰੇਡਰ ਦੇ ਉੱਤੇ ਜੁੜਦਾ ਹੋਇਆ ਖੁੱਲੇ ਡੁੱਲੇ ਕਰਦੇ ਕੈਨੇਡਾ ਦੇ ਵੀਜੇ ਲੇਖਾਂ ਵਿੱਚ ਲਿਖਦੇ ਤੂੰ ਬਰਗਰ ਤੇ ਪੀਜੇ ਕਰ ਸਭ ਦੀਆਂ ਮੁਰਾਦਾਂ ਪੂਰੀਆਂ ਤੇਰੇ ਕਰ ਦੇਰ ਮਾਲਕਾ ਰੱਖੀ ਕਬੱਡੀ ਦੇ ਖਿਡਾਰੀਆਂ ਤੇ ਮਿਹਰ ਮਾਲਕਾ ਰੱਖੀ ਕਬੱਡੀ ਦੇ ਖਿਡਾਰੀਆਂ ਤੇ ਮਿਹਰ ਮਾਲਕਾ। ਲਓ ਇਸ ਵੇਲੇ ਮਨੂ ਦੀ ਪਈ ਹੋਈ ਕਬੱਡੀ ਚਾਰ ਜਾਫੇ ਇੱਕ ਪਾਸੇ ਡੱਗੋ ਰਮਾਣੀ ਵਾਲਾ ਸੇਵਕ ਫਿਰ ਫੜਿਆ ਗੁੱਟ ਛਡਾਇਆ ਗੁੱਟ ਤੇ ਡੱਗੋ ਰਮਾਣੀ ਦਾ ਸੇਵਕ ਸਿੰਘ ਬਹੁਤ ਤਗੜਾ ਜੱਫਾ ਲਾਉਂਦਾ ਹੋਇਆ ਪਵੈਟ ਮੇਰੇ ਵੀਰੇ ਸਰਾਵਾਂ ਦੀ ਟੀਮ ਦੇ ਉੱਤੇ ਜਾ ਰਿਹਾ ਕਹਿੰਦੇ ਮੈਂ ਤਾਂ ਸਮਾਪਤ ਪੈ ਕੇ ਬੱਲੇ ਹੋਏ ਕਿਸਮ ਦਿਆ ਬਲੀਆ ਰਿੰਨੀ ਖੀਰ ਤੇ ਬੰਗੇ ਖੜਾਈਆ ਸਰਾਵਾਂ ਦੀ ਟੀਮ ਜੇਤੂ ਰਹੀ ਹੈ ਖਾਰੇ ਦੇ ਪੁਆਇੰਟ ਹੈ 14 ਇੱਕ ਖੁੱਲ ਕੇ ਤਾੜੀ ਮਾਰ ਦਿਓ ਇਸ ਮੈਚ ਦੇ ਤੇ ਕਹਿੰਦੇ ਸਰਾਵਾਂ ਦੀ ਟੀਮ ਜੇਤੂ ਰਹੀ ਹੈ। ਲਓ ਮੈਕ ਤੇ ਮੇਰਾ ਵੀਰ ਗੁਰਚਰਨ ਸੁਨੇਹਰ ਦੀ ਬੋਲੀ ਸਾਂਝ ਛੋੜ ਕੇ ਆਪਣਾ ਨਾਮ ਲੈ ਜੇ ਸਟੇਜ ਤੋਂ ਲਖਵਿੰਦਰ ਸਿੰਘ ਦਿਓਲ ਵੱਲੋਂ 200 ਰੁਪਏ ਦਾ ਨਾਮ ਸਰਾਵਾਂ ਦੀ ਟੀਮ ਨੂੰ ਬਾਈ ਲਖਵਿੰਦਰ ਸਿੰਘ ਦਿਓਲ ਉਹਨਾਂ ਦੇ ਵੱਲੋਂ ਸਰਾਵਾਂ ਦੀ ਸਮੁੱਚੀ ਟੀਮ ਨੂੰ ਗਰੇਵਾਲ ਸਾਹਿਬ ਜੀ ਨੇ ਦੱਸ ਰਹੇ ਆ 200 ਰੁਪਏ ਦੇ ਮਾਨ ਸਨਮਾਨ ਦਿੱਤੇ ਜਾ ਰਹੇ ਆ ਸੁਨੇਹਰਾਂ ਵਾਲਿਆ ਨਾਲ ਹੀ ਬਾਈ ਸੀਰੇ ਡੱਕਰੂਵਾਲ ਦੇ ਵੀ ਮਾਨ ਸਨਮਾਨ ਹੋਣੇ ਸਾਡਾ ਵੀਰ ਪੇਜ ਕਬੱਡੀ ਵਾਲਾ ਵੀਰ ਵੀ ਸਾਡੇ ਨੇੜੇ ਆ ਜਾਵੇ। ਹਾਂਜੀ ਛੀਰਾ ਡੱਗਰੂ ਸਾਡਾ ਵੀਰ ਜੋ ਕਬੱਡੀ ਨੂੰ ਅਪਡੇਟ ਕਰ ਰਿਹਾ ਸਵੇਰ ਤੋਂ ਲੈ ਕੇ ਉਧਰ ਸਾਡਾ ਯਾਰ ਜੱਗੀ ਕਹਿੰਦਾ ਹੈ ਵੀ 5 ਪੀਪੇ ਘਿਓ ਦੇ ਸੀ ਪਰ ਜੱਫਾ ਨਹੀਂ ਲੱਗਿਆ ਧੰਨਵਾਦ ਬਾਈ ਤੇਰਾ। ਹਾਂਜੀ ਭਾਜੀ ਅਸੀਂ ਬਹੁਤ ਧੰਨਵਾਦੀ ਹਾਂ ਤੇ ਬਹੁਤ ਬਹੁਤ ਵਧਾਈਆਂ ਪਿੰਡ ਚੰਦਬਾਜਾ ਦੇ ਸਾਰੇ ਨਗਰ ਨਿਵਾਸੀਆਂ ਨੂੰ ਤੇ ਦਰਸ਼ਕ ਵੀਰਾਂ ਨੂੰ ਜਿਨ੍ਹਾਂ ਨੇ ਕਿ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਇਸ ਟੂਰਨਾਮੈਂਟ ਨੂੰ ਦੇਖ ਕੇ ਟੂਰਨਾਮੈਂਟ ਦਾ ਆਨੰਦ ਮਾਣਿਆ ਹੈ ਤੇ ਅੱਗੇ ਵਾਸਤੇ ਵੀ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ ਔਰ ਟੂਰਨਾਮੈਂਟ ਕਮੇਟੀ ਵੱਲੋਂ ਸਾਰੇ ਹੀ ਨਗਰ ਨਿਵਾਸੀਆਂ ਦਾ ਸਾਡੇ ਨੇੜੇ ਪਿੰਡਾਂ ਦੇ ਜਿੰਨੇ ਵੀ ਪਤਵੰਤੇ ਸੱਜਣ ਪਹੁੰਚੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਠੀਕ ਹੈ ਭਾਜੀ ਤੇ ਨਾਲ ਹੀ ਸ਼ਕਤੀਮਾਨ ਸਾਡਾ ਵੀਰ ਜਿੱਥੇ ਵੀ ਆਵਾਜ਼ ਨੂੰ ਸੁਣਦਾ ਪ੍ਰੀਤ ਮਾਨ ਸਨਮਾਨ ਲਵੇ ਆ ਕੇ ਸ਼ਕਤੀਮਾਨ ਦਾ ਵਿਸ਼ੇਸ਼ ਸਨਮਾਨ ਕੀਤਾ ਜਾਣਾ ਹੈ। ਹੈਲੋ ਲਖਵਿੰਦਰ ਬਾਈ ਲਖਵਿੰਦਰ ਦਿਓਲ ਸਾਹਿਬ ਜੀ ਸੀਰਾ ਡੱਗਰੂ ਜਿਹੜੇ ਵੀਰ ਨੇ ਆਪਣੇ ਖੇਡ ਮੇਲੇ ਨੂੰ ਬਾਈ ਐਡਲੈਡ ਤੇ ਮੇਰੇ ਵੀਰ ਨੇ ਸਾਂਝਾ ਕੀਤਾ ਬਾਈ ਜੀ ਪਲੀਜ਼ ਉਹਦਾ ਮਾਨ ਸਨਮਾਨ ਕਰ ਦਿਓ ਜੀ ਸਟੇਜ ਤੋਂ। ਹਾਂਜੀ ਹਾਂਜੀ ਕਿਵੇਂ ਜੀ ਬਾਈ ਸੀਰਾ ਡੱਕਰੂ ਜਿਹੜਾ ਸਾਡਾ ਵੀਰ ਕਬੱਡੀ ਦੇ ਲਈ ਸੇਵਾਵਾਂ ਦਿੰਦਾ ਆਪਣਾ ਖੇਡ ਮੇਲਾ ਬਾਈ ਜੀ ਉਹਨਾਂ ਨੇ ਇੰਟਰਨੈਟ ਤੇ ਜਿਹੜਾ ਦੁਨੀਆ ਭਰ ਦੇ ਵਿੱਚ ਬਾਈ ਜੀ ਹੋਣਾ ਨੇ ਰਿਲੀਜ਼ ਕੀਤਾ ਸੀ ਉਹਨਾਂ ਦਾ ਪਲੀਜ਼ ਤੁਸੀਂ ਮਾਨ ਸਨਮਾਨ ਕਰ ਦਿਓ ਤੁਹਾਡੇ ਕੋਲੇ ਆ ਰਿਹਾ ਸਟੇਜ ਤੇ ਉਧਰ ਸੀਰਾ ਡੱਗਰੂ ਸੀਰਾ ਡੱਗਰੂ ਸਾਡਾ ਯਾਰ ਲੈ ਵੀ ਨਿਕਿਆ ਆ ਦੂਸਰਾ ਸੈਮੀ ਫਾਈਨਲ ਮੈਚ ਕਬੱਡੀ ਦੇ ਮੈਦਾਨ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਉਧਰ ਜੱਗੀ ਕਹਿੰਦਾ ਇੱਕ ਟੀਮ ਦੇਸੀ ਘਿਓ ਦਾ ਆਪਾਂ ਦੇ ਹੀ ਦੇਣਾ ਹੈ
ਆਪਾਂ ਧਰਵਾ ਪਾ ਕੇ ਸਾਰੇ ਭਰਾਵਾਂ ਦਾ ਹੈਲੋ ਹੈਲੋ ਭਾਈ ਰੂਪੇ ਰੂਪੇ ਰੈਫਰੀਆਂ ਨੂੰ ਛੱਡ ਕੇ ਸਾਰੇ ਬਾਈ ਆਪਾਂ ਕਮੇਟੀ ਵਾਲੇ ਵੀ ਅੰਪਾਇਰ ਤੋਂ ਵਗੈਰਾ ਬਾਹਰ ਬਹਿ ਕੇ ਜੱਜਮੈਂਟ ਕਰਨੀ ਆ ਕੋਈ ਵੀ ਬਾਹਰਲਾ ਵਿਅਕਤੀ ਜਾਂ ਆਪਣਾ ਕਮੇਟੀ ਵਾਲਾ ਗਰਾਊਂਡ 'ਚ ਨਾ ਹੋਵੇ ਇਹ ਮੇਰੀ ਹੱਥ ਮੰਨ ਕੇ ਬੇਨਤੀ ਆਪਣੇ ਕਮੇਟੀ ਮੈਂਬਰਾਂ ਨੂੰ ਵੀ ਤੇ ਦਰਸ਼ਕ ਵੀਰਾਂ ਨੂੰ ਵੀ ਬਗੈਰ ਖਿਡਾਰੀਆਂ ਤੋਂ ਤੇ ਅੰਪਾਇਰਾਂ ਤੋਂ ਬਗੈਰ ਕੋਈ ਵੀ ਵਿਅਕਤੀ ਗਰਾਊਂਡ ਵਿੱਚ ਨਾ ਜਾਵੇ ਜੀ ਹੱਥ ਮੰਨ ਕੇ ਬੇਨਤੀ ਆ ਸਾਡੀ ਬਹੁਤ ਧੰਨਵਾਦ ਦਿਓਰ ਸਾਹਿਬ ਜੀ ਤੁਹਾਡਾ ਗਰਾਊਂਡ ਨੂੰ ਆਪਾਂ ਕਲੀਅਰ ਰੱਖੀਏ ਲੰਡਿਆਂ ਦੀ ਟੀਮ ਚੜ੍ਹਦੇ ਵਾਲੇ ਪਾਸੇ ਤੇ ਵਕੀਲਾਂ ਵਾਲੀ ਟੀਮ ਸਕੂਲ ਵਾਲੀ ਸਾਈਡ ਪਿੰਡ ਵਾਲੇ ਪਾਸੇ ਖੇਡਦੀ ਆ ਪਹਿਲੀ ਰੇਡ ਟੀਨੂ ਰੋਡਾ ਵਾਲਾ ਇਸ ਵੇਲੇ ਕਬੱਡੀ ਪਾ ਕੇ ਬਹੁਤ ਤਕੜੇ ਨੰਬਰ ਦਾ ਵਾਧਾ ਕਰਦਾ ਹੋਇਆ ਨੰਬਰ ਇਸ ਵੇਲੇ ਲੰਡਿਆਂ ਦੀ ਟੀਮ ਦੇ ਸੇ ਜੜਦਾ ਹੋਇਆ ਗੱਲ ਕਰ ਵੀ ਭੀਮ ਦੇ ਕਬੱਡੀ ਵਾਲਿਆਂ ਨੌਜਵਾਨਾਂ ਸਾਹਮਣੇ ਦੇਖੋ ਕਬੱਡੀ ਦੇ ਮੈਦਾਨ ਦੇ ਵਿੱਚ ਜਗਵੀਰ ਸਿੰਘ ਭੀਮ ਦੀ ਪਾਈ ਹੋਈ ਕਬੱਡੀ ਹੈ ਮਾਨੂ ਕੇ ਪਿੰਡ ਹੈ ਗੁਰਲਾਲ ਸਿੰਘ ਜੀ ਯੂਐਸਏ ਚ ਬੈਠੇ ਹੈ ਕਾਬਲ ਸਿੰਘ ਦੇ ਪਿੰਡ ਉਹਨਾਂ ਦਾ ਆਹ ਦੇਖਾਂਗੇ ਸਾਹਮਣੇ ਖਿਡਾਰੀ ਹੈ ਪਰ ਬਹੁਤ ਸੋਹਣੀ ਕੋਸ਼ਿਸ਼ ਜਿਹੜੀ ਹੈ ਇਹ ਗੁਰਜੰਟ ਸਿੰਘ ਨੌਜਵਾਨ ਨੇ ਕੀਤੀ ਹੈ ਬੱਦੋਵਾਲ ਦੇ ਕਬੱਡੀ ਕੱਪ ਦਾ ਨੈਣੋ ਦਾ ਜੇਤੂ ਹੈ ਖਿਡਾਰੀ ਆਹ ਸਾਹਮਣੇ ਗਬਰੂ ਦੀ ਪਾਈ ਹੋਈ ਕਬੱਡੀ ਹੈ ਉਧਰ ਦਰਸ਼ਕ ਪੂਰੇ ਖੁਸ਼ ਹੈ ਲੈ ਵੀ ਬਿੰਦਰ ਅੱਜ ਤੇ ਬਾਬੇ ਦੀ ਐਡੀ ਕਿਰਪਾ ਹੋਈ ਹੈ ਸਿਰੇ ਦੀਆਂ ਟੀਮਾਂ ਪੁੱਜੀਆਂ ਹੈ ਤੇ ਪ੍ਰਬੰਧ ਵੀ ਸਿਰੇ ਦੇ ਹੈ ਆਪਾਂ ਮੁਬਾਰਕਬਾਦ ਦੇਵਾਂਗੇ ਸਮੁੱਚੇ ਨਗਰ ਨੂੰ ਇਸ ਧਰਤੀ ਸਾਰੇ ਵੀਰਾਂ ਨੂੰ ਹਾਂਜੀ ਗੇਂਦੀ ਬੁੱਟਰ ਦਾ ਮੁੰਡਾ ਵੀ ਜਿੱਥੇ ਵੀ ਸਾਡੀ ਆਵਾਜ਼ ਸੁਣਦਾ ਆਪਣੇ ਘਰੇ ਪਹੁੰਚ ਕੋਈ ਜ਼ਰੂਰੀ ਕੰਮ ਹੈ ਘਰੋਂ ਸੱਦਾ ਆਇਆ ਲੈ ਉਧਰ ਸਾਹਮਣੇ ਯਸ ਦਾ ਮੁੰਡਾ ਲਵੀ ਆਪਣੇ ਘਰੇ ਪਹੁੰਚੇ ਕੋਈ ਘਰੋਂ ਸੁਨੇਹਾ ਆਇਆ ਕੋਈ ਜ਼ਰੂਰੀ ਕੰਮ ਹੈ ਵੀਰ ਲਵੀ ਨੂੰ ਸੱਦਾ ਆਪਣੇ ਘਰ ਪਹੁੰਚ ਜਾਵੇ ਜਲਦੀ ਤੋਂ ਜਲਦੀ ਵੀਰ ਜੀ ਕਹਿ ਰਹੇ ਨੇ ਆ ਵੀ ਨੌਜਵਾਨਾਂ ਪਾਰਟੀ ਨੂੰ ਵੱਡੇ ਉਧਰ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਉਹਨਾਂ ਦਾ ਪਿੰਡ ਆ ਰੋਡੇ ਤੇ ਆਹ ਮੁੰਡਾ ਰੋਡਿਆਂ ਦਾ ਕਬੱਡੀ ਪਾ ਰਿਹਾ ਤੇ ਇੱਧਰ ਫਿਰੋਜ਼ਪੁਰ ਜ਼ਿਲ੍ਹੇ ਦੇ ਚਾਰ ਜਾਫੀ ਹੈ ਕਮਲ ਯੂਐਸਏ ਚ ਬੈਠਾ ਇਸ ਟੀਮ ਦਾ ਮਾਣ ਕਰਦਾ ਉਧਰ ਦੇਖੋ ਸਾਹਮਣੇ ਕਬੱਡੀ ਦੇ ਮੈਦਾਨ ਵਿੱਚ ਕਦੇ ਸੱਜੇ ਉਹ ਕਦੇ ਖੱਬੇ ਬੱਲੇ 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 ਨਹੀਂ ਰੀਸਾ ਮੁੰਡਾ ਹੱਥ ਨਹੀਂ ਧਰਾਉਂਦਾ ਤੇ ਦਰਸ਼ਕ ਹੁਣ ਅੰਦਾਜ਼ਾ ਲਾ ਰਹੇ ਹੈ ਵੀ ਮੁੰਡੇ ਫਿਰੋਜ਼ਪੁਰੀਏ ਵੀ ਤਕੜੇ ਹੈ ਤੇ ਟੀਮ ਮੋਗੇ ਜ਼ਿਲ੍ਹੇ ਦੀ ਵੀ ਤਕੜੀ ਹੈ ਟੀਮਾਂ ਦੋਹੇ ਸਿਰੇ ਦੀਆਂ ਹੈ ਇਹ ਸੈਮੀ ਫਾਈਨਲ ਹੈ ਜਿਹੜੀ ਟੀਮ ਨੇ ਜਿੱਤਣਾ ਹੈ ਉਹਨੇ ਫਾਈਨਲ ਖੇਡਾਂ ਤੇ ਫਿਰ ਸਕੂਟਰਾਂ ਦੇ ਫੈਸਲੇ ਹੋਣੇ ਹੈ ਹਾਂਜੀ ਦਵਿੰਦਰ ਸਿੰਘ ਜੀ ਜੈਪਾਲ ਫੋਟੋ ਸਟੂਡੀਓ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪਣਾ ਆ ਕੇ ਸਨਮਾਨ ਚਿੰਨ ਲੈਣ ਜੈਪਾਲ ਫੋਟੋ ਸਟੂਡੀਓ ਲੈ ਵੀ ਬਿੰਦਰ ਸ਼ੇਰ ਕਹਾਣੀ ਆਹ ਮੁੰਡੇ ਦੀ ਕਬੱਡੀ ਦੇ ਮੈਦਾਨ ਦੇ ਵਿੱਚ ਹੋਰ ਲੰਡਾ ਵਾਲਾ ਇਸ ਵੇਲੇ ਬਹੁਤ ਤਗੜਾ ਮੇਰੇ ਵੀਰੇ ਪੁਆਇੰਟ ਆਪਣੀ ਟੀਮ ਦੇ ਸੇ ਜੋੜਦਾ ਹੋਇਆ ਲਾਹ ਤਗੜਾ ਜੱਫਾ ਕੀਪਾ ਭਾਂਗਰ ਵਾਲਾ ਅਗਲੀ ਕਬੱਡੀ ਪਾਉਂਦਾ ਹੋਇਆ ਇਸ ਨੌਜਵਾਨ ਦਾ ਕਹਿੰਦੇ ਭਾਂਗਰ ਪਿੰਡ ਦਾ ਕੀਪਾ ਨਾਮ ਆ ਫਿਰੋਜ਼ਪੁਰ ਜ਼ਿਲ੍ਹਾ ਇਸ ਵੇਲੇ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਇੱਧਰ 365 ਦੇ ਕੈਮਰੇ ਫੋਕਸ ਨੇ ਤੇ ਸੋਨੀ ਵਕੀਲਾਂ ਵਾਲ ਦਾ ਕੋਸ਼ਿਸ਼ ਕਰਦਾ ਹੋਇਆ ਪਰ ਸਫਲਤਾ ਜਿਹੜੀ ਕੀਪੇ ਭਾਂਗਰ ਵਾਲ ਦੇ ਕਦਮ ਧੰਨਵਾਦ ਜੈਪਾਲ ਦਾ ਵੀ ਜੋ ਕੱਲ੍ਹ ਤੋਂ ਆਪਣੀਆਂ ਸੇਵਾਵਾਂ ਇਸ ਟੂਰਨਾਮੈਂਟ ਵਿੱਚ ਦੇ ਰਿਹਾ ਬਹੁਤ ਬਹੁਤ ਮਿਹਰਬਾਨੀ ਜੈਪਾਲ ਜੀ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਦਵਿੰਦਰ ਸਿੰਘ ਜੁੜਾ ਨੇ ਲਓ ਯੱਸੀ ਦੀ ਕਬੱਡੀ ਖੇਡਦੇ ਮੈਦਾਨ ਦੇ ਵਿੱਚ ਤੇ ਉਧਰ ਗੁਰਜੰਟ ਸਿੰਘ ਜੰਟਾ ਕਹਿੰਦੇ ਨੈਨੋ ਕਾਰ ਜਿੱਤੀ ਦਵਿੰਦਰ ਸਿੰਘ ਜੀ ਉਹ ਮੁੰਡੇ ਨੇ ਜਿਸ ਗਬਰੂ ਨੇ ਟਰਾਈ ਕੀਤੀ ਬੱਦੋਵਾਲ ਦੇ ਕਬੱਡੀ ਕੱਪ ਦੇ ਉੱਤੇ ਤੇ ਆਹ ਦੇਖੋ ਸਾਹਮਣੇ ਇੱਕ ਪਾਸੇ ਮੋਟਰਸਾਈਕਲਾਂ ਦਾ ਜੇਤੂ ਹੈ ਕਹਿੰਦੇ ਜਲੰਧਰ ਸਿੰਘ ਸਿੱਧੂ ਹੋਣਾ ਨੇ ਸੁਖਲ ਟੌਰ ਰੋਹੀ ਵਾਲੇ ਨੇ ਮੇਜਰ ਸਿੰਘ ਭਰੂਰਾ ਨੇ ਕਹਿੰਦੇ ਸੁਖੇ ਨੂੰ ਕਾਰ ਦਾ ਮਾਨ ਸਨਮਾਨ ਦਿੱਤਾ ਹੈ ਲਓ ਸਾਹਮਣੇ ਇੱਕ ਪਾਸੇ ਮੁੰਡਾ ਉਹ ਹੈ ਤੇ ਆਹ ਦੇਖੋ ਸਾਹਮਣੇ ਗਬਰੂ ਪੁੱਤ ਕਬੱਡੀ ਖੇਡਦੇ ਸ਼ੈਲ ਬਾਂਕੇ ਦੇ ਭਲਵਾਨ ਇਹ ਆ ਪੰਜਾਬ ਦੇ ਗਬਰੂ ਛੀਣੀਆਂ ਮਾਮਾ ਦੇ ਸ਼ੇਰ ਪੁੱਤ ਉਧਰ ਰੂਪ ਕੰਗਰੇਉੜੀ ਆਪਣੇ ਪਰਿਵਾਰ ਦੇ ਸਮੇਤ ਕਬੱਡੀ ਦਾ ਸਵਾਦ ਲੈ ਰਹੇ ਨੇ ਕਰਮਜੀਤ ਸਿੰਘ ਜੀ ਸਰਦਾਰ ਸਾਹਿਬ ਸੇਖੋ ਸਾਹਮਣੇ ਦਾ ਧੰਨਵਾਦ ਹੈ ਸ਼ਿੰਦਰ ਪ੍ਰਧਾਨ ਹੋਣੀ ਯਾਰ ਹੈ ਲਓ ਸਾਹਮਣੇ ਦੇਖੋ ਫਾਸਟ ਵੇਵ ਚੈਨਲ ਵਾਲੇ ਸੁਰਜੀਤ ਸਿੰਘ ਜੀ ਮੰਤਰੀ ਉਹਨਾਂ ਨੇ ਵੀ ਕਹਿੰਦੇ ਪੂਰੇ ਗਹਿ ਗੰਢ ਦੇ ਪ੍ਰਬੰਧ ਕੀਤੇ ਤੇ ਆਹ ਦੇਖੋ ਸਾਹਮਣੇ ਗਬਰੂ ਦੀ ਪਾਈ ਹੋਈ ਕਬੱਡੀ ਹੈ ਚਾਰ ਜਾਫੀ ਆਹ ਛੋਟਾ ਬੋਰ ਹੈ ਗੁੱਟ ਫੜ ਕੇ ਕੈਂਚੀ ਜੜ ਕੇ ਤੰਗੀ ਲਾਉਣੀ ਪੈਂਦੀ ਹੈ ਹੋਏ ਦੁਨੀਆ ਉਂਝ ਨਹੀਂ ਹੁੰਦੀ ਫੈਨ ਤੇ ਬਿੰਦਰਾ ਫੈਨ ਬਣਾਉਣੀ ਪੈਂਦੀ ਆ ਬਹੁਤ ਹੀ ਵਧੀਆ ਇਸ ਵੇਲੇ ਪੁਆਇੰਟ ਜਿਹੜਾ ਫਿਰ ਮੇਰੇ ਵੀਰੇ ਜਾਫੀਆਂ ਦੇ ਹਿੱਸੇ ਜੜਦਾ ਹੋਇਆ ਰੈਫਰੀ ਦਾ ਫੈਸਲਾ ਭੀਮਾ ਅੰਤਮ ਮੰਨਿਆ ਜਾਵੇਗਾ ਪਾ ਵੀ ਨੌਜਵਾਨਾਂ ਕਬੱਡੀ ਦਾ ਦੀਪੂ ਦੇ ਵੱਲੋਂ ਬਾਈ ਗਰਚਾਰ ਅਗਲੇ ਸਾਲ 2017 ਦੇ ਵਿੱਚ ਕੋਟੇ ਮੱਦੋਗਵਾਲ ਦਾ ਜ਼ਬਰਦਸਤ ਸਨਮਾਨ ਹੋਵੇਗਾ ਲਓ ਅਗਲੀ ਕਬੱਡੀ ਬੱਬੂ ਇਸ ਵੇਲੇ ਲੰਡਿਆ ਵਾਲਾ ਕਬੱਡੀ ਪਾਉਂਦਾ ਹੋਇਆ ਬੱਬੂ ਦੀ ਪਈ ਹੋਈ ਕਬੱਡੀ ਕਦੇ ਕਹਿੰਦੇ ਸਰਜੀਤ ਸਿੰਘ ਬੱਬੂ ਪੜਾਣੇ ਦਾ ਮੇਰੇ ਵੀਰੋ ਦੁਨੀਆ ਭਰ ਦਾ ਮਸ਼ਹੂਰ ਖਿਡਾਰੀ ਹੋਇਆ ਤੇ ਪੁਆਇੰਟ ਇਸ ਵੇਲੇ
ਟਾਪਰਾ ਦੇਸੇ ਜੜਦਾ ਹੋਇਆ ਨੰਬਰ ਵਕੀਲਾਵਾਲ ਦੀ ਟੀਮ ਦੇਸੇ ਜੜਦਾ ਹੋਇਆ ਪਾ ਵੀ ਜੱਸੀ ਕਬੱਡੀ ਆ ਖਿਡਾਰੀ ਦਾ ਜੱਸੀ ਦਾ ਕਹਿੰਦੇ ਚੰਦ ਨਵਾਂ ਪੈਂਦਾ ਅੱਜ ਚੰਦ ਬਾਜੇ ਦੇ ਵਿੱਚ ਕਬੱਡੀ ਦਾ ਟੂਰਨਾਮੈਂਟ ਖੇਡਿਆ ਜਾ ਰਿਹਾ ਪਰ ਜੱਸੀ ਦਾ ਕਹਿੰਦੇ ਚੰਦ ਨਵਾਂ ਪੈਂਦਾ ਲੈ ਵੀ ਇਸ ਵੇਲੇ ਜੱਸੀ ਦੀ ਪਈ ਹੋਈ ਕਬੱਡੀ ਹੈ ਦਸ਼ਕਿਰਿਓ ਤੇ ਪੈਰ ਜਿਹੜਾ ਚੰਦ ਨਵੇਂ ਵਾਲਾ ਜੱਸੀ ਵਕੀਲਾਵਾਲ ਦੀ ਟੀਮ ਦੇਸੇ ਜੋੜਦਾ ਹੋਇਆ ਆ ਵੀ ਰਾਜਵਾਨਾ ਪਾ ਕਬੱਡੀ ਉੱਧਰ ਦੇਖੋ ਸਿਰੇ ਦੇ ਪ੍ਰਬੰਧ ਕੀਤੇ ਚੰਦਬਾਜੇ ਦੇ ਜਿੰਨੇ ਵੀਰ ਹੈ ਆਪਾਂ ਦਿਲੋਂ ਧੰਨਵਾਦ ਕਰਾਂਗੇ ਇਹ ਦੂਸਰੇ ਕਬੱਡੀ ਦੇ ਕੱਪ ਦੀ ਮੁਬਾਰਕਬਾਦ ਦੇਵਾਂਗੇ ਸਾਡੇ ਸਾਰੇ ਭਰਾਵਾਂ ਨੂੰ ਦੋ ਸਕੂਟਰ ਮੋਡੀਫਾਈ ਹੈ 50,000 ਰੁਪਏ ਦੇ ਸਕੂਟਰ ਹੈ ਤੇ 52,000 ਰੁਪਇਆ ਨਾਮ ਹੈ 1,00,000 ਤੇ 5,000 ਰੁਪਏ ਦਾ ਫਾਈਨਲ ਮੈਚ ਖੇਡਿਆ ਜਾਣਾ ਹੈ ਅਭੀ ਕੰਧ ਵਾਲੇ ਮਾਰਿਆ ਕੱਲ ਸਿਰੇ ਤੇ ਲੱਗਣੀ ਹੈ ਆਹ ਦੇਖੋ ਸਾਹਮਣੇ ਗੱਭਰੂ ਦੀ ਪਾਈ ਹੋਈ ਕਬੱਡੀ ਉੱਧਰ ਕੱਲਾ ਕੱਲਾ ਦਰਸ਼ਕ ਕੱਲੀ ਕੱਲੀ ਕਬੱਡੀ ਨੂੰ ਤੱਕਦਾ ਹੈ ਇੱਕ ਪਾਸੇ ਵਕੀਲਾਂ ਵਾਲੇ ਦਾ ਸੁਖਾ ਆਹ ਬਲੈਤਨ ਗਾਵਾਂ ਦਾ ਜੇਤੂ ਹੈ ਸਲਾਮਾਂ ਦਾ ਸੁਖਬੀਰ ਇੱਕ ਗਾਂ ਲੈ ਕੇ ਗਿਆ ਉਧਰ ਦੇਖੋ ਸਾਹਮਣੇ ਨੰਬਰ ਵਕੀਲਾਂ ਵਾਲੇ ਦੇ ਹਿੱਸੇ ਦੇ ਵਿੱਚ ਹੈ ਆ ਵੀ ਜੱਸੀ ਪਾ ਕਬੱਡੀ ਤੇ ਬਿੰਦਰਾ ਸ਼ੇਰ ਕਹਾਣੀ ਆ ਮੁੰਡੇ ਦੀ ਲਓ ਜੱਸੀ ਚੰਦ ਨਵੇਂ ਵਾਲ ਦੀ ਪਈ ਹੋਈ ਕਬੱਡੀ ਇਸ ਵੇਲੇ ਮੈਦਾਨ ਦੇ ਵਿੱਚ ਉਧਰ ਜੰਟਾ ਬੋਰਡ ਤੇ ਵਿੱਕੀ ਤੇ ਨਾਲ ਕਹਿੰਦੇ ਵੱਡਾ ਬੋੜਾ ਚਾਰਾਂ ਜਾਫਿਆਂ ਦਾ ਲੱਗਿਆ ਸੈੱਟ ਲਓ ਵੱਡੇ ਬੋੜ ਸਿੰਘ ਦੇ ਨਾਲ ਕਹਿੰਦੇ ਮੁਕਾਬਲਾ ਤੇ ਇਸ ਵੇਲੇ ਚੱਲਦਾ ਹੈ ਸੰਘਰਸ਼ ਦੋਨਾਂ ਖਿਡਾਰੀਆਂ ਦੇ ਬੱਲੇ 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 ਇੱਕ ਪਾਸੇ ਵੱਡਾ ਬੋੜ ਉਹ ਦੂਸਰੇ ਪਾਸੇ ਜੱਸੀ 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 ਤੇ ਬੋੜ ਬੋੜ ਤੇ ਜੱਸੀ ਪਰ ਆਹ ਦੇਖੋ ਸਾਹਮਣੇ ਕੌਰ ਸਿੰਘ ਮਚਾਕੀ ਪਿੰਡ ਦਾ ਫੈਸਲਾ ਕਰਦਾ ਹੈ ਬਾਈ ਨਿੱਕਿਆ ਕੋਈ ਗੱਲ ਨੀ ਰੈਫਰੀ ਦਾ ਫੈਸਲਾ ਅੰਤਮ ਹੁੰਦਾ ਉੱਧਰ ਸਾਡਾ ਨਿੱਕਾ ਤੇ ਉੱਧਰ ਵੀਰ ਬੱਬੇ ਹੋਣੀ ਕਹਿੰਦੇ ਆ ਮਦੋ ਕਹਿੰਦੇ ਘੋਟੇ ਦੇ ਸੁਖਦੇਵ ਸਿੰਘ ਦੇ ਅਗਲੇ ਸਾਲ ਨੂੰ ਵੱਡੇ ਮਾਨ ਕੀਤੇ ਜਾਣਗੇ ਇੱਥੇ ਧਰਤੀ ਕਰਮਾਂ ਵਾਲੀ ਹੈ ਜਿੱਥੇ ਮਾਨ ਸਨਮਾਨ ਕੀਤੇ ਜਾਂਦੇ ਹੈ ਕਿਉਂਕਿ ਥਾਣੇ ਦਾ ਬੁਲਟ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਹੋਇਆ ਹੈ ਇੱਥੇ ਗੁਰੂ ਸਾਹਿਬ ਦੀ ਕਿਰਪਾ ਹੈ ਇਹ ਧਰਤੀ ਭਾਗਾਂ ਵਾਲੀ ਹੈ ਜਿੱਥੇ ਰੌਣਕਾਂ ਲੱਗੀਆਂ ਲਓ ਸਾਹਮਣੇ ਜਗਮੀਤ ਸਿੰਘ ਭੀਮ ਦੀ ਪਾਈ ਹੋਈ ਕਬੱਡੀ ਹੈ ਥੋੜਾ ਜਿਹਾ ਝੁਕਿਆ ਮੁੰਡਾ ਝੁਕਿਆ ਇਉਂ ਨੀ ਕਿ ਮੁੰਡੇ ਨੇ ਈਨ ਮੰਨੀ ਹੈ ਝੁਕਿਆ ਤਾਂ ਹੈ ਕਿ ਕੋਈ ਲੱਤੀ ਨਾ ਲੱਗ ਜਾਵੇ ਉੱਧਰ ਮਾਸਟਰ ਜੀ ਸਵੇਰ ਤੋਂ ਲੈ ਕੇ ਸਕੋਰਾਂ ਦੀ ਸੇਵਾ ਕਰਦੇ ਹੈ ਜਿਨ੍ਹਾਂ ਨੇ ਜਿੱਥੇ ਜਿੱਥੇ ਸੇਵਾ ਕੀਤੀ ਇੱਥੇ ਗੁਰੂ ਸਾਹਿਬ ਆਪ ਨਾਮ ਜਾਣਦੇ ਹੈ ਕਿ ਸਤਿਗੁਰ ਦੀ ਸੇਵਾ ਸਫਲ ਹੈ ਜੋ ਕਰੇ ਚਿੱਤ ਲਾਏ ਸਤਿਗੁਰ ਦੀ ਸੇਵਾ ਸਫਲ ਹੈ ਜੋ ਕੋਈ ਕਰੇ ਚਿੱਤ ਲਾਏ ਲਓ ਸਾਹਮਣੇ ਗੱਭਰੂ ਦੀ ਪਾਈ ਹੋਈ ਕਬੱਡੀ ਹੈ ਮੈਂ ਵੀ ਸ਼ੇਰ ਕਹਾਣੀ ਮਹਿੰਦਰਾ ਆਹ ਮੁੰਡੇ ਦੀ ਖੇਡ ਦੇ ਮੈਦਾਨ ਵਿੱਚ ਹੈ ਲਓ ਸਾਹਮਣੇ ਪਾਈ ਹੋਈ ਕਬੱਡੀ ਇੱਕ ਪਾਸੇ ਮਹਿੰਦਰ ਸਿੰਘ ਦਾ ਪੁੱਤ ਬੱਲੇ 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 ਇੱਥੇ ਰੱਖ ਘਰ ਭੁੱਲ ਗਿਆ ਮੁੰਡਾ ਉੱਧਰ ਕਬੱਡੀ 365 ਦੇ ਲਈ ਪ੍ਰਦੀਪ ਟੈਣਾ ਸਾਡਾ ਵੀਰ ਮਿੱਠੂ ਰਾਣਾ ਤੇ ਸਿੰਮੀ ਕੈਮਰਾਮੈਨ ਇਸ ਵੇਲੇ ਕੱਲੀ ਕੱਲੀ ਕਬੱਡੀ ਨੂੰ ਦੁਨੀਆ ਭਰ ਦੇ ਵਿੱਚ ਦਿਖਾ ਰਹੇ ਆ ਲਓ ਭੀਮ ਮਾਣੂਕਾਵਲ ਦੀ ਪਈ ਹੋਈ ਕਬੱਡੀ ਇਸੇ ਕਹਿੰਦੇ ਨਗਰ ਦਾ ਜੀਵਨ ਮੇਰੇ ਵੀਰੋ ਕਹਿੰਦੇ ਕਬੱਡੀ ਦਾ ਕ੍ਰਿਸ਼ਮਾ ਤੇ ਲਓ ਭੀਮ ਮਾਣੂਕਾ ਵਾਲਾ ਕਬੱਡੀ ਪਾਉਂਦਾ ਹੋਇਆ ਬਾਕੀ ਬਿੰਦਰ ਨੇ ਕ੍ਰਿਸ਼ਮਾ ਕਿਹਾ ਕਬੱਡੀ ਦਾ ਸੱਚ ਗੱਲ ਕੀਤੀ ਹੈ ਬਾਕੀ ਕਬੱਡੀ ਦਾ ਕ੍ਰਿਸ਼ਮਾ ਹੈ ਉੱਧਰ ਨਿੱਕਾ ਗਾਜਾ ਤੇ ਨਾਲ ਸਾਡੇ ਵੀਰ ਠਾਰੇ ਹੋਣੀ ਕਹਿੰਦੇ ਹੈ ਵੀ ਮੋਹ ਭਰਾ ਸੱਦਾ ਦਿੱਤਾ ਆ ਮੁੰਡੇ ਭੀਮ ਨੂੰ ਅੱਜ ਮਾਣ ਵੀ ਕੀਤਾ ਜਾਣਾ ਹੈ ਮੈਂ ਤਾਂ ਦੇਖਿਆ ਵੀ ਮਾਣ ਅੱਜ ਸਾਰਿਆਂ ਦਾ ਕੀਤਾ ਇਸ ਨਗਰ ਨੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਲਓ ਸਾਹਮਣੇ ਗੱਭਰੂ ਦੀ ਪਾਈ ਹੋਈ ਕਬੱਡੀ ਹੈ ਕਿ ਚੜ੍ਹਦੀ ਜਵਾਨੀ ਮੁੱਛ ਫੁੱਟ ਗੱਭਰੂ ਤੇ ਲਾ ਲਾ ਕੇ ਜੱਫੇ ਮੇਲਾ ਲੈਂਦਾ ਹੈ ਲੁੱਟ 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 ਗੱਭਰੂ ਇੱਕ ਪਾਸੇ ਬੰਟੀ ਹੈ ਤੇ ਆਹ ਦੇਖੋ ਸਾਹਮਣੇ ਮੁੰਡਾ ਹੱਥ ਨਹੀਂ ਧਰਾਉਂਦਾ ਹੈ ਕਿ ਬੈਦਾ ਬੈਦਾ ਮੇਰੀ ਬਾਂਹ ਛੱਡ ਦੇ ਤੈਨੂੰ ਰੋਗ ਦੀ ਸਮਝ ਨਾ ਕੋਈ ਓਏ ਬੈਦਾ ਮੇਰੀ ਬਾਂਹ ਛੱਡ ਦੇ ਤੈਨੂੰ ਰੋਗ ਦੀ ਸਮਝ ਨਾ ਕੋਈ ਲਓ ਸਾਹਮਣੇ ਜੱਸੀ ਦੀ ਕਬੱਡੀ ਹੈ ਤੇ ਸ਼ੇਰ ਕਹਾਣੀ ਬਿੰਦਰਾ ਆ ਮੁੰਡੇ ਦੀ ਲਓ ਜੱਸੀ ਚੰਦ ਨਵੇਂ ਵਾਲਾ ਬਹੁਤ ਹੀ ਤੇਜ਼ ਤਰਾਰ ਖਿਡਾਰੀ ਜੱਸੀ ਚੰਦ ਨਵਾਂ ਫਿਰ ਬਹੁਤ ਤਕੜੇ ਨੰਬਰ ਦਾ ਵਾਧਾ ਕਰਦਾ ਹੋਇਆ ਪਾ ਵੀ ਬੱਬੂ ਕਬੱਡੀ ਉੱਧਰ ਸਾਂਝੀ ਪੜਾਣਾ ਬੱਬੂ ਕਹਿੰਦੇ ਬੜਾ ਮਸ਼ਹੂਰ ਖਿਡਾਰੀ ਇੱਧਰ ਅੱਜ ਬੱਬੂ ਮੋਦਕੀ ਦੇ ਵੀ ਮਾਨ ਸਨਮਾਨ ਕੀਤੇ ਗਏ ਲਓ ਬੱਬੂ ਦੀ ਇਸ ਵੇਲੇ ਪਈ ਹੋਈ ਕਬੱਡੀ ਸੋਨੀ ਨਾਲ ਕਹਿੰਦੇ ਬੰਟੀ ਤੇ ਸੁੱਖਾ ਵਕੀਲਾਂ ਵਾਲੇ ਵਾਲਾ ਚਾਰਾਂ ਜਾਫਿਆਂ ਦਾ ਲੱਗਿਆ ਸੈੱਟ ਤੇ ਬੱਬੂ ਹਲਕਾ ਜਿਹਾ ਟੱਚ ਕਰਕੇ ਫਿਰ ਪੁਆਇੰਟ ਜਿਹੜਾ ਇਸ ਵੇਲੇ ਲੰਡਾ ਦੀ ਟੀਮ ਦੇ ਲਈ ਹਾਸਲ ਕਰਦਾ ਹੋਇਆ ਨੰਬਰ ਰੇਡਰ ਦੇ ਸੇ ਜੜਦਾ ਹੋਇਆ ਉੱਧਰ ਦੀਪੂ ਸਾਡਾ ਵੀਰ ਚੰਦ ਬਾਜੇ ਵਾਲਾ ਕਹਿੰਦਾ ਹੈ
सुखदेव सिंह घोटे का जिहड़ा मान सम्मान है आने वाले 2017 जाना है इहदे बाबे दी कृपा है। आओ देखो सामने कबड्डी पैंदी है दुनिया ताड़ियां मारदी है लाभी दर्शकों को महापुरशों के नाते जोरदार ताड़ा मार दो खुल के क्योंकि मैच सिरे ला खेलिया जा रहा है इहदे कृपा है। देखिए महापुरशों दे कि साधु संत फकीर खुदा दे असली मर्द सियाने जो जो वाक है मुख चो निकले वो बिरथे नहीं जाने साधु संत फकीर खुदा दे असली मर्द सियाने। हां जी निक्का कबड्डी खिलाड़ी अज स्टेज ते बार करे निक्का कबड्डी लै भी निक्किया तेरा भी धन्यवाद उधर स्टेज उत्ते तैनूं यार याद करदे आ लो सामने देखो पाई हुई कबड्डी कल 2 तरीक का दिन है आलमणे की धरती से कबड्डिया पैन गया 4 तरीक घनिए बड़ा राम आप सब सदे दे रहा है कि भाई बड़े मान वाशिंग मशीनों के हो रहे हैं 51-41 नाम 6 तरीक मेरे मित्रों आप देखांगे बल्ले 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 नहीं रीसा मोरां वाली की धरती के उत्ते 41 नाम है बैस्टेड ते जाफी दे लई मेरे मित्रों 15-15 हजार रुपया ता जाना है ते 7 तरीक मिसरी संधुआ दी है ते 10 तरीक नूं चीमणे दी धरती ते रौनकां लगणगियां। लओ सामने गबरू दी पाई हुई कबड्डी है एक पासे बिक्की है नाल बोर्ड है छोटा बोर्ड है जंटा लंडिया वाला अजे तक कोई जफा पुत्रा नहीं लाया लवी बिक्की साम मोडे नूं मैं लगदा थोड़ी सत महसूस कर रहा है आदि गबरू आ पा कबड्डी लवी शेर गाणी बिंदरा मुंडे दी लो खालसे की पई हुई कबड्डी इधर साढ़े बाबा जी गुरद्वारा साहब के मुख सेवादार बाबा गुरचरण सिंह जी भी साढ़े दरम्यान विराजमान ने अज गुरचरण सिंह जिथे कबड्डी के मैच खेडे गए उत्थे साडी गतका टीम दे वलो बहुत वधिया जिहड़ा प्रदर्शन कीता गया। लैबी बिंदरा इधर देख लै सामने बल्ले 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 खिच 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 रेडर लैबी दर्शकों जिदा आया स्वाद एक बारी खुल के तारा मार दे दो टीमों के लिए ये दर्शक रब वसदा दर्शकों के विच आपां धन्नवाद करांगे टाइम देख लो किन्ना होया पर दर्शक जेड़े मेरे भीर बिल्कुल इन बिन खड़े है सच्चे पातशाह चढ़दी कला रखे ना दर्शक वीरां नूं इन्हां भरावां नूं उधर देखो सामने ये आज दूसरा सैमीफाइनल मैच है जगमीत सिंह भीम अपनी टीम दे इसे नंबर जोड़दा आ रविंद्र शेर कहाणे आ मुंडे दी पैंदी होई कबड्डी दी आसां ने साडे भरा जिन्हां ने लखां रुपए दे सहयोग सानूं दित्ते बहुत बहुत धन्नवादी आ उहनां वीरां दे पा भी नजर ना जस्सी कबड्डी जस्सी चंद नवें वाला अगली कबड्डी पाउंदा होया इधर सामने जस्सी कबड्डी पा रहा जिदा वीर ने पहला दसिया है भी 2 मोडीफाई स्कूटर है ते पहला इनाम है गुरु साहब कृपा करो ना तकरीबन कुल मिला के 80,000 रुपया बन जाता है 1,50,000 तो उपर राशि बन जाती है इतने गुरु साहब की कृपा है। उधर साढ़े बाबा रंझा जी और महापुरशों वालों दूसरा प्राइज दिता जा रहा है होर संगत ने बहुत बड़े योगदान पाए है सचे पातशाह चढ़दी कला रखे सारे परिवारों आप भी सोने पा कबड्डी खेल के मैदान में है लो सामने बब्बू कबड्डी पा रहा है अभी ठाणिया अज मुबारकबाद है पूरे पिंड के लिए भाग्या वाली धरती से यह दूसरा कबड्डी का महाकुंभ खेडिया जा रहा है। उधर शक्तिमान साड़ा वीर खारे पिंड वाला अपना विशेष सम्मान लै लवे शक्तिमान वीर नूं बेनती है अपना मान सम्मान लै लवे उधर सिक्योरिटी वाले वीरां दा धन्नवाद है जिन्होंने जल्दी सेवा की है गुरु के लंगर चलाए महापुरशों ने उन्हों का भी धन्यवाद किया जा रहा समुची सिक्योरिटी वालों महापुरशों का। लो सामने देखो सैमीफाइनल मैच इस तो बाद तकरीबन 1,00,000 तो उपर का मैच खेडिया जाना है। लो देखो सामने एक पासे मुंडा पिछा करता हो लैबी दर्शक वीरो मैच समाप्त आ लो मास्टर जी आप दसीए लोगों जेडे कबड्डी 365 बैठे इस कबड्डी तक रहे ने धन्यवाद करांगे। हाँ जी शक्तिमान दा शक्तिमान खारे वाला ते जंटा लंडिया वाला उन्हां दोनों नूं बेनती है कि अपने सन्मान चिन्ह आके लैंड स्टेज तो शक्तिमान खारा अते जंटा लंडिया वाला मेहरबानी जी गरेवाल साहब जी ने उन्होंने वालों बेनती है साडे खिडारी वीर। हाँ जी बिंदर जी आपां इक वारी दर्शकों नूं दस दईए भी जिहड़ा हुणे हुणे मैच खेडिया गया
ਲੰਡਿਆਂ ਦੇ ਨੰਬਰ 14.5 ਤੇ ਵਕੀਲਾਂ ਵਾਲੇ ਦੀ ਟੀਮ 16 ਨੰਬਰ ਲੈ ਕੇ ਫਾਈਨਲ ਪਹੁੰਚੀ। ਤਾੜੀਆਂ ਮਾਰ ਦਿਓ ਇੱਕ ਵਾਰੀ। ਵਕੀਲਾਂ ਵਾਲੇ ਦੀ ਟੀਮ ਜਿੱਥੇ ਜਾਂਦੀ ਹੈ ਸਿਰਾ ਕਰਾਉਂਦੀ ਹੈ। ਇਹ ਵੀ ਵਕੀਲਾਂ ਵਾਲੇ ਸਿਰਫ 5 ਮਿੰਟ ਦਾ ਸਮਾਂ ਹੈ, 5 ਮਿੰਟ ਦੇ ਬਾਅਦ ਫਾਈਨਲ ਮੈਚ ਦੋ ਟੀਮਾਂ ਖੇਡਣਗੀਆਂ। ਹਾਂਜੀ ਘੰਟਾ ਲੰਡਿਆਂ ਵਾਲਾ ਉਹਨੂੰ ਵੀ ਬੇਨਤੀ ਹੈ ਕਿ ਆਪਣਾ ਸਨਮਾਨ ਚੰਨ ਲਵੇ ਆ ਕੇ। ਜੰਟਾ ਲੰਡੇ ਤੇ ਸਾਡਾ ਵੀਰ ਸ਼ਕਤੀਮਾਨ ਖਾਰਾ ਉਹਨਾਂ ਦੇ ਸਨਮਾਨ ਕੀਤੇ ਜਾ ਰਹੇ ਵੀਰਾਂ ਦੇ ਬਹੁਤ ਹੀ ਧੰਨਵਾਦੀ ਹਾਂ। ਹੈਲੋ ਕੇ 9 ਵਜੇ ਤੋਂ ਬਾਅਦ ਵੀ ਅਜੇ ਉਸੇ ਤਰ੍ਹਾਂ ਹੀ ਦਿਨ ਦੀ ਤਰ੍ਹਾਂ ਉਧਰ ਸਾਡਾ ਵੀ ਲਾਲਜੀਤ ਬਰਾੜ ਜੰਡ ਵਾਲਾ ਬਹੁਤ ਧੰਨਵਾਦੀ ਹਾਂ ਦਰਸ਼ਕ ਵੀਰਾਂ ਦੇ, ਨਗਰ ਨਿਵਾਸੀਆਂ ਦੇ। ਲਾਲਜੀਤ ਬਰਾੜ ਬਾਈ ਉਹਨਾਂ ਦੇ ਵੱਲੋਂ ਕਾਕੇ ਹੂਟਰ ਵਾਲੇ ਸਾਡੇ ਵੀਰ ਦਾ ਵੀ ਸਨਮਾਨ ਕੀਤਾ ਜਾਵੇਗਾ ਤੇ ਬਾਈ ਸਾਡਾ ਵੀ ਦੀਪੂ ਇਹਦੇ ਵੱਲੋਂ ਅਗਲੇ ਸਾਲ ਕੋਟੇ ਮੱਦੋਗਾ ਵਾਲੇ ਸਾਡੇ ਵੀਰ ਦਾ ਵੀ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾਵੇਗਾ। ਗੁਰਚਰਨ ਲੱਖੇ ਨੂੰ ਵੀ ਉਧਰ ਸਾਡੇ ਸਰ ਕਰਮਜੀਤ ਸਿੰਘ ਜੀ ਸੇਖੋ ਸਾਹਿਬ ਮੁਬਾਰਕਬਾਦ ਦੇ ਰਹੇ ਨੇ। ਸਰਪੰਚ ਸਾਹਿਬ ਕਹਿੰਦੇ ਬਾਕੇ ਬੜਾ ਵਧੀਆ ਸਵਾਦ ਆ ਰਿਹਾ ਹੈ। ਸਿਰੇ ਦੀਆਂ ਟੀਮਾਂ ਪੁੱਜੀਆਂ ਕਬੱਡੀ 365 ਦਾ ਕਹਿੰਦੇ ਧੰਨਵਾਦ ਕਰਦੇ ਹੋ ਕਬਰੇ ਜਿਹਨਾਂ ਨੇ ਪੂਰੀ ਦੁਨੀਆਂ ਨੂੰ ਦਿਖਾਤਾ ਹੈ ਵੀ ਬਾਕੇ ਚੰਦਵਾਜ ਦੀ ਧਰਤੀ ਤੇ ਸਿਰੇ ਦੇ ਮੈਚ ਖੇਡੇ ਗਏ। ਗੁਰੂ ਸਾਹਿਬ ਕਿਰਪਾ ਕਰਨ ਸਾਰੇ ਭਰਾਵਾਂ ਦੇ ਉੱਤੇ। ਫਾਈਨਲ ਮੈਚ ਸਰਾਵਾਂ ਵਰਸੇ ਵਕੀਲਾਂ ਵਾਲਾ ਬਹੁਤ ਹੀ ਫਾਸਮਾ ਮੁਕਾਬਲਾ, ਸਕੂਟਰਾਂ ਦੇ ਫੈਸਲੇ ਇਸ ਮੈਚ ਨੇ ਕਰਨੇ ਆ। ਸੋ ਦਰਸ਼ਕ ਵੀ ਬਹੁਤ ਅਤਾਵਲੇ ਆ। ਵਿੱਕੀ ਮਾਸਟਰ ਜੀ ਨੂੰ ਬੇਨਤੀ ਹੈ ਕਿ ਬਹੁਤ ਧਿਆਨ ਨਾਲ ਜੱਜਮੈਂਟ। ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੂਸਰੇ ਟੂਰਨਾਮੈਂਟ ਦੀ, ਜਿਨ੍ਹਾਂ ਨੇ ਕਿ ਬਹੁਤ ਵੱਡਾ ਸਹਿਯੋਗ ਦੇ ਕੇ ਦੋ ਦਿਨ ਕਮੇਟੀ ਦੇ ਨਾਲ ਚੱਲ ਕੇ ਮੋਢੇ ਨਾਲ ਮੋਢਾ ਲਾ ਕੇ ਇਸ ਟੂਰਨਾਮੈਂਟ ਦੀ ਰੌਣਕ ਨੂੰ ਵਧਾਇਆ ਹੈ। ਹੈਲੋ, ਅੱਗੇ ਵਾਸਤੇ ਵੀ ਆਪਾਂ ਇਸੇ ਤਰ੍ਹਾਂ ਹੀ ਟੂਰਨਾਮੈਂਟ ਕਰਾਉਂਦੇ ਰਹਿਣਾ ਹੈ। ਹਾਂਜੀ ਸਰਾਵਾਂ ਤੇ ਵਕੀਲਾਂ ਵਾਲਾ ਉਹ ਬਿੱਟੂ ਗੱਲ ਨੂੰ ਬੇਨਤੀ ਆ ਕਿ ਗਰਾਊਂਡ ਚ ਆਵੇ ਬਿੱਟੂ ਗੱਲ। ਵਕੀਲਾਂ ਵਾਲਾ ਵਰਸੇ ਸਰਾਵਾਂ ਫਾਈਨਲ ਮੈਚ ਜਿਹੜਾ ਦਸ਼ਕਿਰੋ ਆਪਾਂ ਦੇਖ ਕੇ ਜਾਣਾ ਇੱਕ ਵਾਰੀ ਫਿਰ। ਸਾਰੀ ਸੰਗਤ ਦਾ, ਦਰਸ਼ਕ ਵੀਰਾਂ ਦਾ, ਖਿਡਾਰੀ ਵੀਰਾਂ ਦਾ, ਸਾਰੀਆਂ ਟੀਮਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਸੀ। ਖੇਡ ਪ੍ਰਮੋਟਰ ਵੀਰਾਂ ਦਾ, ਸਾਡੇ ਸਹਿਯੋਗੀ ਸੱਜਣਾਂ ਦਾ, ਜਿਸ ਤਰ੍ਹਾਂ ਸਰਦਾਰ ਦਵਿੰਦਰ ਪਾਸ ਜੀ ਗਰੇਵਾਲ ਸਾਹਿਬ ਹੋਣੀ ਧੰਨਵਾਦ ਕਰ ਰਹੇ ਆ। ਰਿਨੀ ਇਹਨਾਂ ਭਰਾਵਾਂ ਦੇ ਜਿਨ੍ਹਾਂ ਦੀ ਬਦੌਲਤ ਸਾਨੂੰ ਇੱਕ ਵਧੀਆ ਟੂਰਨਾਮੈਂਟ ਆਏ ਸਾਲ ਇੱਥੇ ਦੇਖਣ ਨੂੰ ਮਿਲਦਾ। ਬਹੁਤ ਹੀ ਵਧੀਆ ਟੀਮਾਂ ਅੱਜ ਇੱਥੇ ਪਹੁੰਚੀਆਂ, ਬਹੁਤ ਹੀ ਜ਼ਬਰਦਸਤ ਮੈਚ ਖੇਡੇ ਗਏ। ਬੜੇ ਪਿਆਰੇ ਸਾਡੇ ਵੀ ਸਟੇਜ 'ਤੇ ਬਿਰਾਜਮਾਨ ਇਲਾਕੇ ਦੀ ਪੂਰੀ ਕਰੀਮ ਪੂਰੀ ਆਰਗਨਾਈਜ਼ਰ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਅੱਜ ਦੇ ਮੈਚਾਂ ਨੂੰ ਦੇਖਿਆ, ਸਾਰੇ ਵੀਰਾਂ ਦੇ ਧੰਨਵਾਦੀ ਹਾਂ। ਸੱਚੇ ਪਾਤਸ਼ਾਹ ਸਾਰੇ ਵੀਰਾਂ ਦਾ ਚੱਲਿਆ ਇੱਕ ਇੱਕ ਕਦਮ ਜਿਹੜਾ ਪ੍ਰਵਾਨ ਕਰਨ। ਗਰੇਵਾਲ ਸਾਹਿਬ ਜੀ ਬੈਟ ਰੇਡਰ ਤੇ ਜਾਫੀ ਦੀ ਚੋਣ ਹੋਣੀ ਹੈ ਜੀ, ਆਪਾਂ ਦੋ ਜਿਹੜੀ ਸਪੈਸ਼ਲ ਮੁੰਡਿਆਂ ਦੀ ਡਿਊਟੀ ਲਾਉਣੀ ਆ, ਬੈਟ ਰੇਡਰ ਤੇ ਜਾਫੀ ਦੀ ਜਿਹੜੀ ਚੋਣ ਕੀਤੀ ਜਾਵੇਗੀ। ਦਰਸ਼ਕ ਵੀਰ ਜਿਹੜੇ ਸਵੇਰ ਤੋਂ ਲੈ ਕੇ ਮੈਚਾਂ ਦਾ ਆਨੰਦ ਮਾਰੇ, ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸੁੱਖ ਸ਼ਾਂਤੀ ਬਣਾਈ ਰੱਖੇ। ਤੁਹਾਡੇ ਸਿਰਾਂ ਦੀਆਂ ਪੱਗਾਂ, ਤੁਹਾਡੇ ਸਿਰਾਂ ਦੀਆਂ ਪੱਟੀਆਂ ਇਸੇ ਤਰ੍ਹਾਂ ਚਮਕਦੀਆਂ ਰਹਿਣ। ਬਿੰਦਾ ਗੱਲ ਇੱਧਰ ਸੰਪਰਕ ਕਰੇ, ਹਾਂ ਜਨਰੇਟਰ 'ਚ ਜਿਹੜਾ ਤੇਲ ਪਾ ਦਿਓ ਜੀ, ਮੇਰੀ ਬੇਨਤੀ ਆ ਵੀ ਜਨਰੇਟਰ ਹਵਾ ਨਾਲ ਅਜੇ ਤੇਲ ਪਾ ਦਿਓ। ਸਰਾਵਾਂ ਤੇ ਵਕੀਲਾਂ ਵਾਲੇ ਦਾ ਕਹਿੰਦੇ ਫਾਈਨਲ ਮੈਚ ਹੁਣ ਤੁਸੀਂ ਤੱਕਣਾ, ਦੋਵੇਂ ਟੀਮਾਂ ਕਹਿੰਦੇ ਮੰਨੀਆਂ ਪ੍ਰਬੰਧੀਆਂ ਹੈ। ਜਿੱਥੇ ਪਿਛਲੇ ਦਿਨੀ ਕਹਿੰਦੇ 25 ਤਰੀਕ ਨੂੰ ਜੀਰੇ ਦੇ ਲਾਗੇ ਵਰਨਾਲੇ ਪਿੰਡ ਦੇ ਵਿੱਚ ਧੁੰਮਾਂ ਪਈਆਂ, ਉੱਥੇ ਵੀ ਕਹਿੰਦੇ ਸਰਾਵਾਂ ਤਾਂ ਵਕੀਲਾਂ ਵਾਲੇ ਦਾ ਕਹਿੰਦੇ ਫਾਈਨਲ ਮੈਚ ਹੋਇਆ। ਜਿੱਥੇ ਸੋਨੀ ਵਕੀਲਾਂ ਵਾਲੇ ਨੇ ਕਹਿੰਦੇ ਗਾਂ ਜਿੱਤੀ, ਉੱਥੇ ਸੁਖਵੀਰ ਸਰਾਵਾਂ ਵਾਲੇ ਨੇ ਕਹਿੰਦੇ ਅਮਰੀਕਨ ਗਾਂ ਜਿੱਤੀ ਹੈ। ਅੱਜ ਇਤਿਹਾਸ ਕਹਿੰਦੇ ਉਹੀ ਫਿਰ ਦੁਹਰਾਇਆ ਜਾ ਰਿਹਾ ਹੈ। ਅੱਜ ਦੇਖੀਏ ਵੀ ਸਰਾਵਾਂ ਤੇ ਵਕੀਲਾਂ ਵਾਲੇ ਦਾ ਜਿਹੜਾ ਹੁਣ ਫਾਈਨਲ ਮੈਚ ਹੈ, ਪਰ ਗੱਲ ਜਿਹੜੀ ਅੱਜ ਸਕੂਟਰਾਂ ਤੇ ਪੁੱਜੀ ਹੋਈ ਹੈ। ਹੁਣ ਦੇਖਾਂਗੇ ਵੀ ਕਿਹੜੀ ਟੀਮ ਨੇ ਸਕੂਟਰ ਜਿੱਤਣਾ ਹੈ, ਕਿਹੜੇ ਪਲੇਅਰ ਨੇ ਅੱਜ ਸਕੂਟਰ ਜਿੱਤ ਕੇ ਇਤਿਹਾਸ ਰਚਣਾ ਹੈ, ਇਹ ਸਮੇਂ ਦੀਆਂ ਬਾਤਾਂ ਆਉਣਗੀਆਂ। ਮੈਕ ਤੇ ਬਿੰਦਰ ਮਿਸਰੀ ਵਾਲਾ ਜੀ ਭਿੰਦਾ ਬਾਈ ਸਾਡਾ ਵੀਰ ਉਹ ਸਾਨੂੰ ਆ ਕੇ ਮਿਲੇ ਸਟੇਜ ਤੇ। ਭਿੰਦਾ ਬਾਈ ਸਾਡਾ ਵੀਰ ਲਖਵਿੰਦਰ ਨੂੰ ਮਿਲ ਲਏ ਬਾਈ, ਭਿੰਦਾ ਸਾਡਾ ਵੀਰ ਡਰਾਈਵਰ ਜਿੱਥੇ ਵਾਸ ਆਉਂਦਾ
ਵਕੀਲਾਂ ਵਾਲਾ ਤੇ ਸਰਾਵਾ ਦੋਵੇਂ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਗਰਾਊਂਡ ਤੇ ਆ ਜਾਣ। ਫਾਈਨਲ ਮੈਚ ਕਾਫੀ ਟੀਮਾਂ ਦਾ ਦਤਾਰ, ਕਾਫੀ ਟੀਮਾਂ ਦੇ ਚੋਂ ਨਿਤਰ ਕੇ ਦੋ ਟੀਮਾਂ ਆਈਆਂ। ਮੱਖਣੀ ਦਾ ਪਿੰਨਾ ਬਣ ਕੇ ਆ ਗਿਆ, ਘਿਓ ਬਣ ਕੇ ਕਿਹੜੇ ਭਾਂਡੇ 'ਚ ਪੈਣਾ ਹੈ। ਵਕੀਲਾਂ ਵਾਲਾ ਤੇ ਸਰਾਵਾ ਇਹ ਦੋਵੇਂ ਟੀਮਾਂ ਗਰਾਊਂਡ ਤੇ ਆ ਜਾਣ। ਵਕੀਲਾਂ ਵਾਲਾ ਤੇ ਸਰਾਵਾਂ ਦੀਆਂ ਟੀਮਾਂ ਸਾਰੇ ਦਰਸ਼ਕ ਵੀਰਾਂ ਦਾ ਵਿਸ਼ੇਸ਼ ਤੌਰ ਤੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਹੈ, ਜਿਹੜੇ ਸੁਬਾਹ ਤੋਂ ਲੈ ਕੇ ਕਹਿੰਦੇ ਇੱਕ ਵੱਡੀ 365.com ਦੇ ਨਾਲ ਪ੍ਰਵਾਸੀ ਵੀਰ ਜੁੜੇ ਹੈ। ਅੱਜ ਕਹਿੰਦੇ ਖੇਡਾਂ ਚੰਦਬਾਜੇ ਦੇ ਨਾਲ ਸਾਡੇ ਵੱਖ ਵੱਖ ਪਿੰਡਾਂ ਤੋਂ ਦਰਸ਼ਕ ਵੀ ਜਿਹੜੇ ਜੁੜੇ ਹੈ, ਇਹਨਾਂ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਕਬੱਡੀ 365.com ਦੇ ਨਾਲ ਜੁੜੇ ਹੋਏ ਹੈ, ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਪਿੰਡਾ ਸਾਡਾ ਵੀਰ ਸਾਨੂੰ ਸਟੇਜ ਤੇ ਆ ਕੇ ਮਿਲੇ ਬਾਈ ਪਿੰਡਾ। ਦਰਸ਼ਕ ਵੀਰਾਂ ਨੂੰ ਬੇਨਤੀ ਹੈ ਕਿ ਇੱਕ ਮੈਚ ਰਹਿ ਗਿਆ, ਖਿੰਡੋ ਨਾ, ਇੱਕ ਮੈਚ ਵੇਖ ਕੇ ਜਾਇਆ ਜੋ, ਕੋਈ ਟੀਮ ਰਲਦੀ ਨਹੀਂ ਇੱਥੇ, ਵਧੀਆ ਮੈਚ ਹੋਏ ਆ। ਦਰਸ਼ਕ ਵੀਰਾਂ ਨੂੰ ਬੇਨਤੀ ਹੈ ਕਿ ਇਕੱਠਾ ਹੀ ਬਣਾਈ ਰੱਖੋ, ਆਪਾਂ ਅਗਲਾ ਮੈਚ ਵੇਖ ਕੇ ਫੇਰ ਹੀ ਘਰਾਂ ਨੂੰ ਜਾਣਾ। ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ। ਸਰਾਵਾਂ ਤੇ ਵਕੀਲਾਂ ਵਾਲਾ, ਲੈ ਵੀ ਸਰਾਵਾਂ ਵਾਲਿਓ, ਬਹੁਤ ਲੰਮਾ ਸਮਾਂ ਹੋਇਆ ਮੈਚ ਹੋਏ ਨੂੰ, ਟੀਮ ਜਲਦੀ ਦੇ ਨਾਲ ਗਰਾਊਂਡ 'ਚ ਆ ਰਹੇ। ਸਰਾਵਾਂ ਤੇ ਵਕੀਲਾਂ ਵੱਲ ਦਾ ਜਿਹੜਾ ਮੈਚ ਆਉਣਾ ਹੈ, ਬਾਕੀ ਕਹਿੰਦੇ ਜਿੱਥੇ 31 ਤੇ 21 ਪ੍ਰਾਈਜ ਹੈ, 52,000 ਰੁਪਇਆ ਬਣ ਜਾਂਦਾ ਹੈ, ਉੱਥੇ ਨਾਲ ਕਹਿੰਦੇ 25-30 ਹਜ਼ਾਰ ਦੇ ਜੇ ਆਪਾਂ ਸਕੂਟਰ ਲਾਈਏ, ਜੇ 50,000 ਵੀ ਮੰਨ ਕੇ ਚੱਲੀਏ ਤਾਂ 1,02,000 ਰੁਪਏ ਦਾ ਕਹਿੰਦੇ ਜਿਹੜਾ ਇਹ ਮੁਕਾਬਲਾ ਫਾਈਨਲ ਮੈਚ ਖੇਡਿਆ ਜਾਣਾ ਹੈ। ਹੈਲੋ ਪਿੰਡਾ ਬਾਈ ਸਾਡਾ ਵੀਰ ਜਿੱਥੇ ਵਾਸ ਆਉਂਦਾ ਸਟੇਜ ਤੇ ਆ ਕੇ ਬਾਈ ਲਖਵਿੰਦਰ ਨੂੰ ਮਿਲ ਲਏ, ਬਾਈ ਪਿੰਡਾ ਚੰਦਬਾਜੇ ਵਾਲਾ ਸਾਡਾ ਵੀਰ। ਲਾਸਟ ਕਾਲ ਸਰਾਵਾਂ ਤੇ ਵਕੀਲਾਂ ਵੱਲ ਦੀਆਂ ਟੀਮਾਂ, ਆਓ ਸੁਰਮਿਓ ਪੁੱਤਰੋ ਗਰਾਊਂਡੀ ਤੋਂ ਫਰਕ ਦੇ ਬਾਜੂ ਖਾਤੇ ਬਾਜੀ ਚੜ੍ਹਦੀ। ਬਾਈ ਲੱਖੇ ਕਮੇਟੀ ਵਾਲੇ ਵੀਰਾਂ ਦੇ ਧੰਨਵਾਦੀ ਜਿਨ੍ਹਾਂ ਨੇ ਦਿਨ ਰਾਤ ਤੈਕ ਕੀਤਾ, ਸਾਰੇ ਵੀਰਾਂ ਨੇ ਰਲ ਮਿਲ ਕੇ ਬਹੁਤ ਵੱਡੇ ਪਰਾਲੇ ਦੇ ਨਾਲ ਜਿਹੜਾ ਟੂਰਨਾਮੈਂਟ ਆਪਾਂ ਇੱਥੇ ਰੰਭਿਆ, ਸਾਰਾ ਨਗਰ ਵਧਾਈ ਦਾ ਪਾਤਰ ਆ, ਕਿਉਂਕਿ ਖੇਡ ਮੇਲੇ ਕਰਾਉਣੇ ਬੜੇ ਔਖੇ ਆ, ਬੱਚਾ ਬੱਚਾ ਅੱਜ ਵਧਾਈ ਦਾ ਪਾਤਰ। ਬਹੁਤ ਹੀ ਸੋਹਣੇ ਮੈਚ ਕਰਵਾਏ ਗਏ, ਬਹੁਤ ਹੀ ਚੋਟੀ ਦੀਆਂ ਟੀਮਾਂ ਨੇ ਐਂਟਰੀ ਇੱਥੇ ਕਰਵਾਈ। ਆਓ ਜੀ ਸਰਾਵਾਂ ਤੇ ਵਕੀਲਾਂ ਵਾਲਾ ਜਲਦੀ ਤੋਂ ਜਲਦੀ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਪਹੁੰਚੋ। ਹਾਂਜੀ ਸਰਾਵਾਂ ਤੇ ਵਕੀਲਾਂ ਵਾਲ ਦੀਆਂ ਟੀਮਾਂ, ਬਾਈ ਥਾਣਾ ਕਬੱਡੀ ਖਿਡਾਰੀ ਉਹਨਾਂ ਦੇ ਬੇਟੇ ਬਾਈ ਜੀ ਹੁਣ ਆ ਕੇ ਸਟੇਜ ਤੇ ਮਿਲ ਲੈਣ। ਸਰਾਵਾਂ ਤੇ ਵਕੀਲਾਂ ਵਾਲ ਦੀਆਂ ਟੀਮਾਂ ਗਰਾਊਂਡ ਤੇ ਆ ਜਾਣ। ਹਾਂ ਸਾਰੇ ਭਾਈ ਗਵਾਚਾਂ ਬਾਰੇ ਸੋਚਣਾ ਹੈ ਲੱਖੇ ਬਾਈ, ਸਾਰੇ ਕਮੇਟੀ ਵਾਲੇ ਵੀਰ ਜਿਨ੍ਹਾਂ ਦੀ ਧੰਨਵਾਦੀ ਆਪਾਂ, ਬਹੁਤ ਹੀ ਮਿਹਨਤ ਕੀਤੀ ਮੁੰਡਿਆਂ ਨੇ ਸਾਰੇ ਵੀਰ, ਬਾਈ ਰੂਪਾ ਕਬੱਡੀ ਖਿਡਾਰੀ, ਬਾਈ ਬਿੰਦੇ ਵਰਗੇ ਸਾਡੇ ਵੀਰ, ਬਾਈ ਕਾਰਾ ਸਾਡਾ ਵੀਰ, ਦਵਿੰਦਰਪਾਲ ਗਰੇਵਾਲ ਜੀ, ਹੈਲੋ, ਕੋਈ ਨੀ ਰਲ ਮਿਲ ਕੇ ਚੱਲ ਜੂ ਕੰਮ, ਕੋਈ ਨੀ ਰਲ ਮਿਲ ਕੇ ਚੱਲ ਰਮਿੰਦਰ, ਕੋਈ ਚੱਕਰ ਨੀ। ਬਾਈ ਬਿੱਟੂ ਵਰਗੇ, ਵਿੱਕੀ ਮਾਟਰ ਜੀ ਵਰਗੇ ਸਾਰੇ ਸਾਡੇ ਵੀਰ, ਲਖਵਿੰਦਰ ਦਿਓਲ ਜੀ, ਬਾਈ ਤਰਸੀਮ ਕਬੱਡੀ ਖਿਡਾਰੀ, ਸਾਰਿਆਂ ਦੀ ਧੰਨਵਾਦੀ ਆ। ਬਹੁਤ ਹੀ ਮਿਹਨਤੀ ਮੁੰਡੇ ਸਾਡੇ ਵੀਰਾਂ ਨੇ ਰਲ ਮਿਲ ਕੇ ਬਹੁਤ ਵਧੀਆ ਖੇਡ ਮੇਲਾ ਕਰਵਾਇਆ। ਕੁੱਕਰ ਭਾਈ ਘਰੇ ਪਹੁੰਚੇ। ਹਾਂ ਗਵਾਚਿਆਂ ਬਾਰੇ ਸੋਚਣਾ ਹੁਣ ਬੰਦ ਹੈ। ਫਾਈਨਲ ਮੈਚ, ਹਾਂਜੀ ਉਧਰ ਬਾਈ ਲੱਖੇ, ਸਰਦਾਰ ਗੁਰਪ੍ਰੀਤ ਸਿੰਘ ਜੀ ਸਰਪੰਚ ਪਿੰਡ ਚੰਦਬਾਜਾ, ਆਪਣੀ ਸਾਰੀ ਪੰਚਾਇਤ ਦੇ ਨਾਲ ਸਟੇਜ ਤੇ ਬਿਰਾਜਮਾਨ ਨੇ, ਬਾਈ ਕੁਲਵਿੰਦਰ ਸਿੰਘ ਜੀ ਮੰਡਵਾਲ, ਸਾਰੇ ਵੀਰਾਂ ਦੇ ਧੰਨਵਾਦੀ ਅਸੀਂ। ਲਓ ਜੀ ਬਾਈ ਸੇਵਾ ਸਿੰਘ ਜੀ, ਬੜੇ ਧਿਆਨ ਦੇ ਨਾਲ ਬਹੁਤ ਹੀ ਮੇਰੇ ਵੀਰੋ ਵਧੀਆ ਤਰੀਕੇ ਦੇ ਨਾਲ ਬੈਟਰੀ ਡਰ ਤੇ ਜਾਫੀ ਦੀ ਚੋਣ ਕੀਤੀ ਜਾਵੇਗੀ, ਅਸੀਂ ਸਪੈਸ਼ਲ ਡਿਊਟੀਆਂ ਲਾਤੀਆਂ। ਅੱਜ ਮੇਰੇ ਵੀਰੋ ਸਾਡੇ ਮਡੀਲਾ ਵਾਲੇ ਭਰਾਵਾਂ ਦੇ ਵੱਲੋਂ ਬੈਟਰੀ ਡਰ ਤੇ ਜਾਫੇ ਨੂੰ ਸਕੂਟਰ ਦਿੱਤੇ ਜਾਣਗੇ। ਸਰਦਾਰ ਅਮਰਜੀਤ ਸਿੰਘ ਜੀ ਬਰਾੜ ਸਾਡੇ ਵੀਰ, ਬਾਬਾ ਜੀ ਹੋਣੀ ਜਿਨ੍ਹਾਂ ਦੇ ਵੱਲੋਂ ਅੱਜ ਕਬੱਡੀ ਓਪਨ ਦਾ ਪਹਿਲਾ ਨਾਮ 31,000 ਰੁਪਏ ਇੱਥੇ ਦਿੱਤਾ ਜਾਵੇਗਾ। ਬਾਬਾ ਜਲੌਰ ਸਿੰਘ ਜੀ, ਬਾਬਾ ਰਾਂਝਾ ਜੀ ਜਿਨ੍ਹਾਂ ਦੇ ਵੱਲੋਂ ਕਬੱਡੀ ਓਪਨ ਦਾ ਦੂਜਾ ਨਾਮ 21,000 ਰੁਪਏ ਦਿੱਤਾ ਜਾਵੇਗਾ। ਆਓ ਜੀ ਸਰਾਵਾਂ ਤੇ ਵਕੀਲਾਂ ਵਾਲਾ ਜਲਦੀ ਤੋਂ ਜਲਦੀ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਪਹੁੰਚ ਜਾਓ। ਸਰਾਵਾਂ ਤੇ ਵਕੀਲਾਂ ਵਾਲਾ 10 ਤਰੀਕ ਨੂੰ ਕਬੱਡੀ ਓਪਨ ਦੇ ਮੈਚ ਪਿੰਡ ਚੀਮਣਾ ਦੇ ਵਿੱਚ ਕਰਵਾਏ ਜਾਣਗੇ। ਬੈਟਰੀ ਡਰ ਤੇ ਜਾਫੇ ਨੂੰ ਮੋਟਰਸਾਈਕਲ ਦਿੱਤੇ ਜਾਣਗੇ। ਹੈਲੋ ਖੇਡਾਂ ਪਿੰਡ ਚੀਮਣੇ ਦੇ। ਸਰਾਵਾਂ ਤੇ ਵਕੀਲਾਂ ਵਾਲ ਦੀਆਂ ਟੀਮਾਂ ਗਰਾਊਂਡ ਤੇ ਆ ਜਾਣ।
उधर विशेष तौर पर दिल दियां गहराइयां धनवाद करके साढ़े अमरजीत सिंह जी बराड़ गरजंट मलूका कहिंदे मलीला तो नाल साडा वीर सभा चंद पुराना मलीला तो हैप्पी मलीला जिन्हां वीरां वल्लों कहिंदे अज स्कूटरां दे नाल मान सन्मान उत्तम धावी तुत्तम याफी दे कीते जाने हैं ते पहला प्राइज भी कहिंदे 31,000 रुपया है साढ़े प्रवासी वीरां वल्लों दिता जा रहा है एएनआरई भरा कि ना कारां चो ना कोठियां चो ना ही सोने दियां डलियां चो प्यार दा मिलदा मक्खन बराड़ा पिंड दियां गलियां चो ए सूट बूट सब लाके लैके आउंदे खेसी देखे मैं ए आउण लगे भी रोंदे जान लगे भी रोंदे परदेसी देखे मैं आउण लगे भी रोंदे जान लगे भी रोंदे परदेसी देखे मैं लास्ट काल सरावां ते वकीलां वाले दियां टीमां नूं मेरा सद्दा है कि दोस्तों समय वल ध्यान मारो ये लोग ताड़ी खेड़ देखण दे लई खड़े आए जे लोग ना होण ते कल्ले खिडारी होण तां कोई सवाद नहीं आउणा मेरी बेनती है इन्हां दियां भावनावां नूं समझो इन्हां दर्शकां दे मनां नूं ठेस ना पहुंचाओ मेरी बेनती कबड्डी दे खिडारियां नूं कि समय दे नाल ग्राउंड तारियो सरपंच गुरप्रीत सिंह वल्लों बिंदर मिश्री वाला नूं 100 रुपए स्पैशल नाम सरपंच गुरप्रीत सिंह वल्लों बहुत धन्यवादी है गुरप्रीत सिंह जी सरपंच साहब समुची ग्राम पंचायत जिन्होंने मोढ़े ना मोढ़ा जोड़ के एक कबड्डी का महाकुंभ करवाया एनआरई वीर समुचा नगर वधाई दे पात्र है अज दे दिन का एक मैच बाकी है सरावां वास्ते वकीलां वाला लखे जल्दी तो जल्दी दोनों टीमों बई बुलाओ दर्शक वीर ने अपने घर परतना खिडारी वीर बेनती है कि टाइम नूं ध्यान विच रखदे होए मेरे वीर फटाफट ग्राउंड दे विच आओ दर्शक बहुत उतावले है लास्ट काल वकीलां वाला वर्सेस सरावां सेवक सरावां उधर देखो भी विदेशां विच प्रवासी वीर अपने कामकार छड्ड के कहिंदे कबड्डी दे नाल जुड़े होए है उधर साडे वीर भाई सीरा जी कहिंदे सरावां तो भावे कहते मलेशिया चढ़ती कला स्पोर्ट्स कबड्डी क्लब है वह भी मुबारकबाद भेज रहे हैं आख रहा भी ऐतकी अमन सरावां वाल नूं सद्दिया है आंदे साल लखा तू भी तैयारी खितला मलेशिया दे लई तेरे भी जिहड़े सद्दे होणगे बिंदर नूं बेनती है कि आपका इनाम आके लै जाए स्टेज तो बिंदर मिश्री वाला जिथों दीपू वालों कहते घोटे का आने साल मान सम्मान जिहड़ा किया जाना है विशेष तौर पर धनवादी हाँ सरावां ते वकीलां वाल दियां टीमां एक मिनट का समय नहीं प्रबंधक कह रहा है भी जेडे नाम है असीं जां तां गुरु घर दे दांगे जां किसी गरीब कुड़ी की शादी दे सगन दे वजों दे दांगे मेरी बेनती है कबड्डी दे खिडारियों नूं भी जल्दी दे नाल खेड ग्राउंड ते आ जाओ सो मेरी बेनती है खिडारियों समय वल जरा ध्यान मारो समय की नियाकत नूं समझो कि जेड़ा बंदा करदा ना समय की पछाण ना पिछों पछताउंदा जदों पुछदा जहान ना हैलो भाई लखे टीमां नूं बेनती करिए सरावां वास्ते वकीलां वाला जल्दी तो जल्दी दोनों